ਘਟਨਾ ਹੀ ਆਉਂਦੇ ਆਪਣੀ ਸਾਂਢੂ ਦੇ ਖਬਰ ਲੈਣ ਗਏ ਹਾਂ ਤੇ ਮੋਖਿਆਂ ਤੋਂ ਤੇ ਆਉਂਦੇ ਆ ਤੇ ਗਦਾਮਾਂ ਵਾਲੀ ਗਲੀ 'ਚ ਉਹ ਦੋ ਮੁੰਡੇ ਹੌਲੀ ਆਉਂਦੇ ਮੈਨੂੰ ਪਤਾ ਨਹੀਂ ਲੱਗਾ ਤੇ ਇਹਨਾਂ ਇਹਨੇ ਖਿਆਲ ਕੀਤਾ ਉਹ ਪਤਾ ਉਦੋਂ ਲੱਗਾ ਲੋ ਜਦੋਂ ਚੈਨੀ ਖੋਲੀ ਤੇ ਇਹ ਡਿੱਗ ਪਈ ਆ ਫਿਰ ਮੈਂ ਉਹਦੇ ਮਗਰ ਦੌੜਿਆ ਵਾਂ ਤੇ ਮੈਂ ਰੌਲਾ ਵੀ ਬੜਾ ਪਾਇਆ ਅੱਗੋਂ ਖੈਰ ਨਹੀਂ ਡੱਕਿਆ ਕਿ ਨਹੀਂ ਸਮਾਂ ਮਾਹੌਲ ਇਸ ਤਰ੍ਹਾਂ ਦਾ ਨਹੀਂ ਕਰੋ ਡਿੱਗਾ ਤਰ੍ਹਾਂ ਉਹ ਰੁਕਣ ਪਏ ਡਿੱਗਣ ਪਏ ਉਹ ਡਿੱਗ ਡਿੱਗ ਦੇ ਫਿਰ ਨਿਕਲ ਗਏ ਉਹ ਮੈਂ ਮਗਰ ਭੱਜਿਆ ਮੈਂ ਵੀ ਡਿੱਗ ਪਿਆ ਮੇਰੇ ਸਟੇਟਸ ਸਟਾਂ ਲੱਗੇ ਤੇ ਨਿਕਲ ਗਏ ਹਾਂਜੀ ਚੈਨੀ ਸਾਢੇ ਤਿੰਨ ਤੋਲੇ ਦੇ ਅੱਧੀ ਅੱਧੀ ਲੱਗ ਅੱਧੀ ਹੈਗੀ ਹੈ ਜੀ ਨਹੀਂ ਨਹੀਂ ਭਾਜੀ ਨੂੰ ਕਰਾ ਤੀ ਹੈ ਹਾਂਜੀ ਵਾਕਿਆ ਜਿਹੜਾ ਨਜਾਇਜ਼ ਗਲਤ ਹੋਈ ਉਹ ਬੰਦੇ ਫੜੇ ਜਾਣ ਬੰਦੇ ਨੂੰ ਉਹਨਾਂ ਬੁਰਾ ਹਿਸਾਬ ਤਾਂ ਹੋਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਮਾਫ਼ ਨਹੀਂ ਕਰਨਾ ਚਾਹੀਦਾ ਕੋਈ ਮਾਫ਼ੀ ਵਾਲਾ ਖਾਨਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਇਹਨਾਂ ਦੀ ਜਸਵੀਰ ਮੈਂ ਜੀ ਆਪਣੀ ਫੈਕਟਰੀ ਤੋਂ ਆ ਰਿਹਾ ਸੀ ਅਤੇ ਇਹ ਹਸਬੈਂਡ ਵਾਈਫ ਆਪਣੇ ਐਕਟਿਵਾ 'ਤੇ ਆ ਰਹੇ ਸੀ ਅਤੇ ਪਿੱਛੋਂ ਦੀ ਦੋ ਲੜਕੇ ਆਏ ਅਤੇ ਉਹਨਾਂ ਨੇ ਕੀ ਕੀਤਾ ਕਿ ਇਹਨਾਂ ਦੀ ਚੈਨ ਖਿੱਚੀ ਚੈਨ ਸਨੈਚਰ ਸੀ ਉਹਨਾਂ ਨੇ ਚੈਨ ਖਿੱਚੀ ਅੱਧੀ ਚੈਨ ਇਹਨਾਂ ਦੇ ਹੱਥ 'ਚ ਰਹਿ ਗਈ ਅੱਧੀ ਚੈਨ ਅਸੀਂ ਮਤਲਬ ਫੜ ਲਈ ਠੀਕ ਆ ਜੀ ਉਹ ਜਲਦੀ ਜਲਦੀ ਨਾਲ ਨਿਕਲ ਗਏ ਇਹੀ ਉਹਨਾਂ ਦਾ ਪਿੱਛਾ ਇਹਨਾਂ ਦੇ ਬਹੁਤ ਇੰਜਰੀਜ਼ ਆਈਆਂ ਬਹੁਤ ਜ਼ਿਆਦਾ ਆਕਸੀਜਨ ਵਗੈਰਾ ਲੱਗੀ ਦੇ ਲੇਡੀ ਨੂੰ ਫਿਰ ਮੈਂ ਆਪਣੀ ਗੱਡੀ 'ਚ ਪਾਇਆ ਅਤੇ ਸਿਵਲ ਹੋਸਪਿਟਲ ਬੱਬਰੀ 'ਤੇ ਲੈ ਕੇ ਆਇਆ ਵਾਂ ਜੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੇ ਆ ਕਿ ਸਟ੍ਰਿਕਨੈਸ ਹੋਣੀ ਚਾਹੀਦੀ ਹੈ ਜੀ ਇਹ ਤਾਂ ਦਿਨ ਦਿਹਾੜੇ ਇਸ ਤਰ੍ਹਾਂ ਦੇ ਕੰਮ ਹੋਣਗੇ ਤਾਂ ਬਹੁਤ ਗਲਤ ਕੰਮ ਹੈਗੇ ਆ ਜੀ ਹਾਂਜੀ ਪ੍ਰਸ਼ਾਸਨ ਦੇ ਪਕੜ 'ਚ ਹੀ ਨਹੀਂ ਹੈਗਾ ਜੀ ਸਿਸਟਮ ਸਾਰਾ ਪ੍ਰਸ਼ਾਸਨ ਸੀਰੀਅਸ ਨਹੀਂ ਹੈਗਾ ਇਸ ਚੀਜ਼ ਬਾਰੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਮੌਲਾਨਾ ਅਬਦੁਲ ਜੀ ਸੰਪਰਕ ਕਰੋ 76967 9275 ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਮੌਲਾਨਾ ਅਬਦੁਲ ਜੀ 76967 9275